ਸੋ ਕਈ ਦੇਸ਼ਾਂ ਦੇ ਵੱਲੋਂ ਵੈਕਸੀਨ ਲੋਕਾਂ ਨੂੰ ਲਗਾਉਣ ਦੀ ਤਿਆਰੀ ਉਲੀਕੀ ਗਈ ਹੈ। UAE ਦੀ ਮਿਨਿਸਟਰੀ ਆਫ ਹੈਲਥ ਪ੍ਰੀਵੈਂਸ਼ਨ ਨੇ ਕਿਹਾ ਹੈ ਕਿ ਵੈਕਸੀਨ ਦੇ ਲਾਸਟ ਸਟੇਜ ਦੇ ਕਲੀਨਿਕਲ ਟ੍ਰਾਇਲਸ ਦੇ ਵਿੱਚ ਇਹ ਵੈਕਸੀਨ 86% ਅਸਰਦਾਰ ਸਾਬਿਤ ਹੋਈ ਹੈ। ਸਾਈਨੋਫਾਰਮ ਦੀ ਇਹ ਵੈਕਸੀਨ ਹੁਣ ਕਈ ਲੋਕ ਲਗਵਾ ਚੁੱਕੇ ਨੇ। ਸਰਕਾਰ ਸਤੰਬਰ ਦੇ ਵਿੱਚ ਹੀ ਫਰੰਟਲਾਈਨ ਵਰਕਰਸ ਦੇ ਲਈ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦਾ ਅਪਰੂਵਲ ਦੇ ਚੁੱਕੀ ਹੈ। ਸੰਯੁਕਤ ਅਰਬ ਅਮੀਰਾਤ UAE ਨੇ ਬੁੱਧਵਾਰ ਨੂੰ ਕਿਹਾ ਕਿ ਉਸਦੇ ਇੱਥੇ ਚੱਲ ਰਹੇ ਟ੍ਰਾਇਲ ਦੇ ਵਿੱਚ ਚੀਨੀ ਵੈਕਸੀਨ ਦੀ ਇਫੈਕਟਿਵਨੈਸ 86% ਆਈ ਹੈ। ਇਹ ਦਾਅਵਾ ਟ੍ਰਾਇਲ ਦੇ ਸ਼ੁਰੂਆਤੀ ਡੇਟਾ ਦੇ ਆਧਾਰ ਤੇ ਕੀਤਾ ਗਿਆ। UAE ਦੀ ਮਿਨਿਸਟਰੀ ਆਫ ਹੈਲਥ ਐਂਡ ਪ੍ਰੀਵੈਂਸ਼ਨ ਨੇ ਕਿਹਾ ਕਿ ਇਹ ਵੈਕਸੀਨ ਚੀਨੀ ਸਰਕਾਰ ਦੇ ਅੰਡਰ ਦੇ ਵਿੱਚ ਕੰਮ ਕਰਨ ਵਾਲੀ ਕੰਪਨੀ ਸਾਈਨੋਫਾਰਮ ਦੇ ਤਿਆਰ ਕੀਤੀ ਹੈ। ਲਾਸਟ ਸਟੇਜ ਦੇ ਕਲੀਨਿਕਲ ਟ੍ਰਾਇਲ ਦੇ ਵਿੱਚ ਇਹ ਵੈਕਸੀਨ 86% ਤੱਕ ਅਸਰਦਾਰ ਸਾਬਿਤ ਹੋਈ ਹੈ। UAE ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਸਮੇਤ ਕਈ ਮੰਤਰੀ ਤੇ ਹਸਤੀਆਂ ਸਾਈਨੋਫਾਰਮ ਦੀ ਵੈਕਸੀਨ ਲਗਵਾ ਚੁੱਕੇ ਨੇ। ਅਜੇ ਤੱਕ ਇਹ ਵੀ ਸਾਫ਼ ਨਹੀਂ ਹੈ ਕਿ UAE ਆਪਣੇ ਇੱਥੇ ਵੱਡੇ ਪੈਮਾਨੇ ਤੇ ਵੈਕਸੀਨ ਸ਼ੁਰੂ ਕਰੇਗਾ ਜਾਂ ਨਹੀਂ। ਸਰਕਾਰ ਸਤੰਬਰ ਦੇ ਵਿੱਚ ਹੀ ਫਰੰਟਲਾਈਨ ਵਰਕਰਸ ਦੇ ਲਈ ਵੈਕਸੀਨ ਦੇ ਇਸਤੇਮਾਲ ਦਾ ਅਪਰੂਵਲ ਦੇ ਚੁੱਕੀ ਹੈ। ਮੋਰੋਕੋ ਨੇ ਵੀ ਕਿਹਾ ਕਿ ਉਹ ਆਪਣੇ ਇੱਥੇ 80% ਲੋਕਾਂ ਨੂੰ ਇਹ ਵੈਕਸੀਨ ਲਗਵਾਉਣ ਦੇ ਲਈ ਤਿਆਰੀ ਕਰ ਰਿਹਾ ਹੈ। ਸਰਕਾਰ ਨੇ ਕਿਹਾ ਕਿ ਸਾਈਨੋਫਾਰਮ ਤੇ ਐਨਾਲਿਸਿਸ ਤੋਂ ਪਤਾ ਚੱਲਿਆ ਹੈ ਕਿ ਮੋਡਰੇਟ ਤੇ ਸੀਵਰ ਕੇਸ ਦੇ ਵਿੱਚ ਇਹ ਵੈਕਸੀਨ 100% ਕਾਰਗਰ ਸੀ। ਇਸ ਦੇ ਵਿੱਚ ਕੋਈ ਗੰਭੀਰ ਸਾਈਡ ਇਫੈਕਟਸ ਵੀ ਸਾਹਮਣੇ ਨਹੀਂ ਆਏ। ਹਾਲਾਂਕਿ ਇਹ ਸਾਫ਼ ਨਹੀਂ ਕੀਤਾ ਗਿਆ ਕਿ ਐਨਾਲਿਸਿਸ ਹੈ ਜਾਂ ਕੱਚਾ ਡੇਟਾ। ਸਾਈਨੋਫਾਰਮ 10 ਦੇਸ਼ਾਂ ਦੇ ਵਿੱਚ ਇਸ ਦੇ ਟ੍ਰਾਇਲ ਕਰ ਰਹੀ ਹੈ। ਇਨ੍ਹਾਂ ਦਾ ਡੇਟਾ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਦੀ ਤੁਲਨਾ ਦੇ ਵਿੱਚ ਅਮਰੀਕੀ ਕੰਪਨੀ ਫਾਈਜ਼ਰ ਤੇ ਮੋਡਰਨਾ ਦੀ ਵੈਕਸੀਨ ਨੇ 90% ਤੋਂ ਜ਼ਿਆਦਾ ਇਫੈਕਟਿਵਨੈਸ ਦਿਖਾਈ ਹੈ। ਹਾਲਾਂਕਿ ਵੈਕਸੀਨ ਦੀ ਇੰਨੀ ਇਫੈਕਟਿਵਨੈਸ ਨੂੰ ਚੀਨ ਦੇ ਲਈ ਪੋਲੀਟੀਕਲ ਤੇ ਸਾਇੰਟਿਫਿਕ ਜਿੱਤ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਉਸ ਦੇ 3 ਵੈਕਸੀਨ ਦੇ ਆਖਰੀ ਸਟੇਜ ਦੇ ਟ੍ਰਾਇਲ ਚੱਲ ਰਹੇ ਨੇ। ਅਮਰੀਕਾ ਦੀ ਤਰ੍ਹਾਂ ਚੀਨ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਵੈਕਸੀਨ ਦੇ ਐਮਰਜੈਂਸੀ ਅਪਰੂਵਲ ਦੇ ਲਈ ਉਸਦਾ ਘੱਟ ਤੋਂ ਘੱਟ 50% ਤੱਕ ਇਫੈਕਟਿਵ ਹੋਣਾ ਜ਼ਰੂਰੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਸ ਦੇ ਲਈ ਇਹੀ ਬੈਂਚਮਾਰਕ ਤੈਅ ਕੀਤਾ ਹੈ। ਉਧਰ ਜੇ ਬ੍ਰਿਟੇਨ ਦੀ ਗੱਲ ਕਰੀਏ ਤਾਂ ਬ੍ਰਿਟੇਨ ਸਰਕਾਰ ਦੇ ਚੀਫ ਸਾਇੰਸ ਐਡਵਾਈਜ਼ਰ ਪੈਟ੍ਰਿਕ ਵਾਲੈਂਸ ਨੇ ਦੇਸ਼ ਦੇ ਲੋਕਾਂ ਨੂੰ ਲਾਪਰਵਾਹੀ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦ ਟੈਲੀਗ੍ਰਾਮ ਅਖਬਾਰ ਦੇ ਨਾਲ ਗੱਲਬਾਤ ਦੇ ਵਿੱਚ ਪੈਟ੍ਰਿਕ ਨੇ ਕਿਹਾ ਹੈ ਕਿ ਇਹ ਗੱਲ ਸਹੀ ਹੈ ਕਿ ਅਸੀਂ ਵੈਕਸੀਨ ਲਗਾਉਣ ਵਾਲੇ ਪਹਿਲੇ ਦੇਸ਼ ਬਣ ਗਏ ਹਾਂ। ਇਹ ਬਹੁਤ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ, ਮੇਰਾ ਮੰਨਣਾ ਹੈ ਕਿ ਸਾਨੂੰ ਅਗਲੀਆਂ ਸਰਦੀਆਂ ਦੇ ਵਿੱਚ ਵੀ ਮਾਸਕ ਪਾਉਣਾ ਪੈ ਸਕਦਾ ਹੈ ਤੇ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਵੈਕਸੀਨੇਸ਼ਨ ਦੇ ਨਾਲ ਜੇਕਰ ਲੋਕ ਸਾਵਧਾਨੀ ਰੱਖਣਗੇ ਤਾਂ ਇਹ ਉਨ੍ਹਾਂ ਲਈ ਬਿਹਤਰ ਹੋਏਗਾ। ਇਸ ਦੇ ਨਾਲ ਹੀ ਪ੍ਰਤੀਬੰਧ ਲਾਗੂ ਰਹਿਣਗੇ ਕਿਉਂਕਿ ਇਸ ਦਾ ਕੋਈ ਵਿਕਲਪ ਨਹੀਂ ਹੈ। ਉਧਰ ਫਰਾਂਸ ਦੇ ਵਿੱਚ ਲਾਕਡਾਊਨ ਨੂੰ ਮਿਲ ਰਹੀ ਕਾਮਯਾਬੀ ਤੋਂ ਬਾਅਦ ਆਖਿਰਕਾਰ ਜਰਮਨ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਰੁਖ ਬਦਲ ਲਿਆ ਹੈ। ਜਰਮਨੀ ਦੀ ਹੈਲਥ ਮਿਨਿਸਟਰੀ ਨੇ ਮੰਗਲਵਾਰ ਰਾਤ ਕਿਹਾ ਕਿ ਫਿਲਹਾਲ ਜੋ ਹਾਲਾਤ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਹੋਏਗਾ। ਸਾਡੇ ਕੋਲ ਹੁਣ ਨਿਯਮਾਂ ਨੂੰ ਸਖ਼ਤ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ। ਦੇਸ਼ ਵਿੱਚ ਜਲਦੀ ਹੀ ਤਮਾਮ ਸਕੂਲ ਬੰਦ ਕੀਤੇ ਜਾਣਗੇ। ਮੰਨਿਆ ਜਾ ਰਿਹਾ ਕਿ ਸਰਕਾਰ ਲਾਕਡਾਊਨ ਵੀ ਐਲਾਨ ਸਕਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।